ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਚੰਡੀਗੜ੍ਹ ਤੋਂ, ਜਿੱਥੇ ਦਿਲਪ੍ਰੀਤ ਬਾਬਾ ਗੈਂਗਸਟਰ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜੀ ਹਾਂ, ਵੱਡੀ ਕਾਮਯਾਬੀ, ਗੈਂਗਸਟਰ ਦਿਲਪ੍ਰੀਤ ਬਾਬਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਉੱਤੇ ਦਿਲਪ੍ਰੀਤ ਬਾਬਾ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਦਿਲਪ੍ਰੀਤ ਬਾਬਾ ਦੇ ਪੱਟਾਂ ਦੇ ਵਿੱਚ ਗੋਲੀ ਮਾਰੀ ਦੱਸੀ ਜਾ ਰਹੀ ਹੈ ਅਤੇ ਦਿਲਪ੍ਰੀਤ ਬਾਬਾ ਬੁਰੀ ਤਰ੍ਹਾਂ ਨਾਲ ਜ਼ਖਮੀ ਦੱਸਿਆ ਜਾ ਰਿਹਾ ਅਤੇ ਉਸਨੂੰ ਚੰਡੀਗੜ੍ਹ PGI ਦੇ ਵਿੱਚ ਰੈਫਰ ਕੀਤਾ ਗਿਆ। ਪੁਲਿਸ ਦੇ ਵੱਲੋਂ ਸੁਰੱਖਿਆ ਘੇਰਾ ਵਧਾਇਆ ਗਿਆ ਹੈ ਅਤੇ ਘਟਨਾ ਕਿੱਥੇ ਵਾਪਰੀ ਹੈ, ਕੀ ਹੁੰਦਾ ਹੈ, ਸਾਰੀ ਜਾਣਕਾਰੀ ਦੇ ਲਈ ਚੱਲਦੇ ਹਾਂ ਮੇਰੇ ਸਹਿਯੋਗੀ ਜਤਿੰਦਰ ਸਭਰਵਾਲ ਦੇ ਕੋਲ। ਸਭਰਵਾਲ ਸਾਹਿਬ, ਕੀ ਜਾਣਕਾਰੀ ਹੈ ਸਾਰੀ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸੈਕਟਰ 47 ਬੱਸ ਸਟੈਂਡ ਦੇ ਕੋਲ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੂੰ ਇੱਕ ਇਤਲਾਹ ਸੀਗੀ ਕਿ ਦਿਲਪ੍ਰੀਤ ਸਿੰਘ ਬਾਬਾ ਗੈਂਗਸਟਰ ਜਿਹੜੇ ਉਹ ਕਾਫੀ ਦੇਰ ਤੋਂ ਪੁਲਿਸ ਨੂੰ ਇਹਨਾਂ ਦੀ ਭਾਲ ਸੀਗੀ। ਉੱਥੋਂ ਲੈ ਕੇ ਪੁਲਿਸ ਨੇ ਇੱਕ ਪੂਰੀ ਇੱਕ ਉਹਨਾਂ ਨੂੰ ਇਤਲਾਹ ਮਿਲੀ ਹੋਈ ਸੀਗੀ ਕਿ ਇਹ ਇਸ ਏਰੀਆ ਚੋਂ ਗੁਜਰਨ ਵਾਲਾ ਹੈ। ਪੁਲਿਸ ਨੇ ਪੂਰੀ ਆਪਣੀ ਜਿਹੜੀ ਆ ਉਹ ਆਪਣੇ ਜਿਹੜੇ ਪੁਆਇੰਟ ਸੀਗੇ ਉੱਥੇ ਆਪਣੀ ਤੈਨਾਤੀ ਕੀਤੀ ਹੋਈ ਸੀ ਆਪਣੇ ਜਵਾਨਾਂ ਦੀ, ਔਰ ਪੂਰੀ ਪੋਜੀਸ਼ਨ ਲਈ ਹੋਈ ਸੀ। ਜਦੋਂ ਬਾਬਾ ਉੱਥੋਂ ਦੀ ਗੁਜਰਨ ਲੱਗਿਆ ਤਾਂ ਪੁਲਿਸ ਨੇ ਉਹ ਦੇਖ ਕੇ ਇਹਨਾਂ ਨੇ ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੇ ਆਪਸੀ ਇੱਕ ਕ੍ਰੋਸ ਫਾਇਰ ਵੀ ਹੋਇਆ ਜਿਹਦੇ ਵਿੱਚ ਦਿਲਪ੍ਰੀਤ ਸਿੰਘ ਬਾਬਾ ਦੀ ਗੋਲੀ ਵੀ ਲੱਗੀ ਦਿੱਤੀ ਜਾ ਰਹੀ। ਔਰ ਵੱਡੀ ਗੱਲ ਇਹ ਹੈ ਕਿ ਦਿਲਪ੍ਰੀਤ ਸਿੰਘ ਬਾਬਾ ਨੇ ਆਪਣਾ ਹੁਲੀਆ ਪੂਰਾ ਚੇਂਜ ਕੀਤਾ ਹੋਇਆ ਸੀਗਾ ਔਰ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਜਿਹੜੇ ਕਿ ਇੱਕ ਆਲਾ ਅਧਿਕਾਰੀ ਆ ਜਿਹੜੇ ਅਮਨਜੋਤ ਸਿੰਘ, ਜੋ ਕਿ ਕਾਫੀ ਹੱਦ ਤੱਕ ਜਿਹੜੇ ਕਿ ਇਹੋ ਜਿਹੇ ਕ੍ਰਾਈਮਾਂ ਨੂੰ ਅੱਜ ਤੱਕ ਉਹ ਕਰੈਕ ਕਰ ਚੁੱਕੇ ਨੇ, ਉਹਨਾਂ ਨੇ ਇਸ ਮਾਮਲੇ ਨੂੰ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਸ ਵਾਰ ਦਿਲਪ੍ਰੀਤ ਸਿੰਘ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਔਰ ਹੋਸਪਿਟਲ ਲਿਜਾਇਆ ਗਿਆ ਹੈ। ਬਾਕੀ ਪੁਲਿਸ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਿਲਕੁਲ ਇਨਕਾਰ ਕਰ ਰਹੀ ਔਰ ਮਾਮਲਾ ਪੂਰਾ। ਸਭਰਵਾਲ ਸਾਹਿਬ, ਇੱਕ ਹੋਰ ਗੱਲ ਹੈ, ਇੱਕ ਹੋਰ ਗੱਲ, ਜਿਵੇਂ ਤੁਸੀਂ ਦੱਸ ਰਹੇ ਹੋ ਹੁਲੀਆ ਚੇਂਜ ਕੀਤਾ ਗਿਆ ਸੀਗਾ, ਕਿਵੇਂ ਦਾ ਹੁਲੀਆ ਬਣਾਇਆ ਹੋਇਆ ਸੀ, ਕੀ ਉਸਨੇ ਕੇਸ ਕਤਲ ਕੀਤੇ ਹੋਏ ਸੀ ਜਾਂ ਫਿਰ ਕੋਈ ਹੋਰ ਤਰ੍ਹਾਂ ਦਾ ਟਾਈਪ ਦਾ ਹੁਲੀਆ ਸੀ, ਕੁਛ ਹੈ ਜਾਣਕਾਰੀ? ਦੇਖੋ ਜੀ, ਜੋ ਸੂਤਰਾਂ ਮੁਤਾਬਕ, ਜੋ ਕਿ ਆਪਾਂ ਆਪਣੇ ਅੱਖੀ ਤੇ ਨਹੀਂ ਦੇਖੇ, ਸੂਤਰਾਂ ਦੇ ਮੁਤਾਬਕ ਕੋਈ ਮਤਲਬ ਇਹ ਗੱਲ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਆਪਣੇ ਕੇਸ ਵੀ ਕਤਲ ਕਰਾਏ ਹੋ ਸਕਦੇ ਨੇ ਕਿ ਜਾਂ ਕਲੀਨ ਸ਼ੇਵ ਵੀ ਹੋਏ ਹੋ ਸਕਦੇ ਆ, ਪਰ ਪੁਲਿਸ ਨੇ ਉਹਨਾਂ ਨੂੰ ਪਛਾਣ ਲਿਆ। ਪਰ ਇਹ ਆਪਾਂ ਆਪਣੇ ਤੌਰ ਤੇ ਪੁਸ਼ਟੀ ਨਹੀਂ ਕਰਦੇ ਕਿ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੋਊਗੀ, ਮਤਲਬ ਕਲੀਨ ਸ਼ੇਵ ਲਿਆ, ਪਰ ਸਿਰਫ ਇੰਨੀ ਕੀ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਹੁਲੀਆ ਬਦਲਿਆ ਹੋਇਆ ਸੀਗਾ ਕਿ ਉਹ ਪਛਾਣ ਵਿੱਚ ਨਾ ਆਵੇ, ਪਰ ਪੁਲਿਸ ਨੇ ਪੱਕੀ ਜਾਣਕਾਰੀ ਸੀਗੀ ਜਿਸ ਨੂੰ ਲੈ ਕੇ ਪੁਲਿਸ ਨੇ ਪੁਜੀਸ਼ਨਾਂ ਲਈਆਂ ਹੋਈਆਂ ਸਨ। ਜਦੋਂ ਇੱਥੋਂ ਦੀ ਗੁਜਰਨ ਲੱਗਿਆ, ਪੁਲਿਸ ਨੇ ਇਹਨਾਂ ਨੂੰ ਜਦੋਂ ਇੱਕ ਘੇਰਾਬੰਦੀ ਕੀਤੀ, ਇਸ ਨੇ ਬਰਾਬਰ ਫਾਇਰ ਕੀਤਾ ਔਰ ਪੁਲਿਸ ਨੇ ਵੀ ਆਪਣੇ ਬਚਾਅ ਦੇ ਵਿੱਚ ਜਦੋਂ ਇਨਕਾਊਂਟਰ ਹੋਇਆ ਫਾਇਰਿੰਗ ਕੀਤੀ, ਜਿਸ ਨੂੰ ਲੈ ਕੇ ਇਹਨਾਂ ਦੇ ਗੋਲੀਆਂ ਲੱਗੀਆਂ ਔਰ ਟੰਗ ਵਿੱਚ ਗੋਲੀ ਲੱਗੀ ਹੋਈ ਦੱਸੀ ਜਾ ਰਹੀ ਆ ਔਰ ਬਾਕੀ ਜਿਹੜਾ ਵੇਰਵਾ ਉਹਨਾਂ ਦੀ ਵੀ ਕੀਤੀ ਜਾ ਰਹੀ। ਅਸੀਂ ਹੋਸਪਿਟਲ ਦੇ ਅੱਗੇ ਖਲੋਤੇ ਹੋਏ ਆ ਔਰ ਪਤਾ ਕਰ ਰਹੇ ਹਾਂ ਕਿ ਕਿਹੜੇ ਹੋਸਪਿਟਲ ਲਿਜਾ ਕੇ ਲਿਜਾਇਆ ਗਿਆ ਹੈ। ਬੱਕੀ ਵਿੱਚ ਵੀ ਆਪਾਂ ਇੱਕ ਟੀਮ ਭੇਜੀ ਆ ਔਰ ਇੱਕ PGI ਦੇ ਵਿੱਚ, ਬਾਕੀ ਆਉਣ ਵਾਲਾ ਸਮਾਂ ਦੱਸੇਗਾ ਜੀ। ਠੀਕ ਹੈ, ਸਭ ਦੱਸਿਆ ਜਾ ਰਿਹਾ ਕਿ PGI ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਗਿਆ, ਪਰ ਮੈਂ ਇਹ ਵੀ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਕੀ ਅਜਿਹੀ ਜਾਣਕਾਰੀ ਹੈ ਕਿ ਕੀ ਦਿਲਪ੍ਰੀਤ ਬਾਬਾ ਇਕੱਲਾ ਹੀ ਉਸ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਮੌਜੂਦ ਸੀ ਜਾਂ ਫਿਰ ਉਸ ਦੇ ਨਾਲ ਕੋਈ ਹੋਰ ਵੀ ਲੋਕ ਸਨ? ਦੇਖੋ ਜੀ, ਮੈਂ ਫੇਰ ਇਹ ਗੱਲ ਦਾ ਜ਼ਿਕਰ ਕਰਾਂਗਾ ਕਿ ਜਦੋਂ ਆਲਾ ਅਧਿਕਾਰੀਆਂ ਨਾਲ ਅਸੀਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਜੇ ਜਿਹੜਾ ਇਹ ਪੂਰਾ ਮਾਮਲਾ ਹੈਗਾ ਵੀ ਉਹ ਆਪਣਾ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੱਸਾਂਗੇ, ਪਰ ਜੋ ਸੂਤਰ ਦੱਸਦੇ ਨੇ ਵੀ ਇਹ ਸਵਿਫਟ ਕਾਰ ਦੇ ਵਿੱਚ ਸਵਾਰ ਸੀਗੇ ਔਰ ਉੱਥੋਂ ਦੀ ਜਦੋਂ ਗੁਜਰਨ ਦੀ ਕੋਸ਼ਿਸ਼ ਕਰਦੇ ਔਰ ਪੁਲਿਸ ਨੂੰ ਪੂਰੀ ਮੁਖਬਰੀ ਸੀ, ਪੱਕੀ ਮੁਖਬਰੀ ਸੀਗੀ ਵੀ ਇੱਥੋਂ ਗੁਜਰੇਗਾ ਹੀ ਗੁਜਰੇਗਾ, ਜਿਸ ਨੂੰ ਲੈ ਕੇ ਘਟਨਾ ਵਾਪਰੀ ਔਰ ਇਹਨਾਂ ਨਾਲ ਇੱਕ ਸਾਥੀ ਹੋਰ ਵੀ ਦੱਸਿਆ ਜਾ ਰਿਹਾ ਔਰ ਇਹ ਕਲੀਅਰ ਨਹੀਂ ਹੈ ਵੀ ਉਹ ਜ਼ਖਮੀ ਹੋਇਆ ਕਿ ਨਹੀਂ ਹੋਇਆ, ਪਰ ਦਿਲਪ੍ਰੀਤ ਸਿੰਘ ਬਾਬਾ ਦੇ ਜ਼ਖਮੀ ਹੋਣ ਦੀ ਸੰਪੂਰਨ ਪੁਸ਼ਟੀ ਆ
ਔਰ ਇਸ ਟਾਈਮ ਉਹ ਹਾਲਤ ਖਤਰੇ ਵਿੱਚ ਹੈਗੀ ਹੈ, ਖਤਰੇ ਚੋਂ ਬਾਹਰ ਹੈ ਇਸ ਬਾਰੇ ਪਤਾ ਨਹੀਂ ਲੱਗਦਾ ਹੈ। ਪਰ ਇਸ ਟਾਈਮ PGI ਦੇ ਵਿੱਚ ਉਹ ਟਰਾਮਾ ਸੈਂਟਰ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਹੈ, ਉੱਥੇ ਡਾਕਟਰ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਔਰ ਉੱਥੇ ਜਿਹੜੀ ਪੁਲਿਸ ਹੈਗੀ ਹੈ PGI ਦੇ ਆਲੇ ਘੇਰਾਬੰਦੀ ਕੀਤੀ ਹੋਈ ਆ, ਕਿਸੇ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਪੂਰਾ ਮਾਮਲਾ ਜਿਹੜਾ ਗੁਪਤ ਰੱਖਿਆ ਜਾ ਰਿਹਾ। ਔਰ ਮੈਂ ਫਿਰ ਇਹ ਜ਼ਿਕਰ ਕਰਨਾ ਚਾਹਾਂਗਾ ਕਿ ਇਸ ਮਾਮਲੇ ਨੂੰ ਹੱਲ ਕਰਨ ਵਾਲੇ ਇੰਸਪੈਕਟਰ ਅਮਨਜੋਤ ਸਿੰਘ ਜੋ ਕਿ ਸਿੰਘਮ ਦੇ ਨਾਮ ਤੋਂ ਜਾਣੇ ਜਾਂਦੇ ਆ, ਉਹਨਾਂ ਨੇ ਕਈ ਵੱਡੀ ਵੱਡੀ ਡਕੈਤੀਆਂ, ਕਈ ਗੈਂਗਸਟਰ ਇਸ ਤਰ੍ਹਾਂ ਦੇ ਉਹਨਾਂ ਨੇ ਪਹਿਲਾਂ ਵੀ ਕਾਬੂ ਕੀਤੇ ਨੇ ਔਰ ਚੰਡੀਗੜ੍ਹ ਪੁਲਿਸ ਦੀ ਨਿਸ਼ਾਨ ਮੰਨੀ ਜਾਂਦੇ ਨੇ ਔਰ ਉਹਨਾਂ ਨੇ ਹੀ ਇਹ ਸਾਰੇ ਮਾਮਲੇ ਨੂੰ ਕ੍ਰੈਕ ਕੀਤਾ ਹੈ। ਉਸ ਕ੍ਰਾਈਮ ਬ੍ਰਾਂਚ ਦੇ ਵਿੱਚ ਇਸ ਤੋਂ ਪਹਿਲਾਂ ਵੀ ਉਹ ਕਈ ਵੱਡੇ ਵੱਡੇ ਮਾਮਲੇ ਡਕੈਤੀ ਦੇ ਔਰ ਅਤਿਰਿਸ਼ਟ ਮਾਮਲਾ ਹੋਇਆ, ਕਈ ਵੱਡੇ ਮਾਮਲੇ ਸੁਲਝਾ ਚੁੱਕੇ ਨੇ ਔਰ ਜਿਹੜਾ ਪੰਜਾਬ ਪੁਲਿਸ ਦੀ ਉਹ ਨਹੀਂ ਕਰ ਸਕੀ ਉਹ ਚੰਡੀਗੜ੍ਹ ਪੁਲਿਸ ਦੇ ਇਸ ਅਧਿਕਾਰੀ ਨੇ ਕਰ ਦਿਖਾਇਆ। ਠੀਕ ਹੈ, ਤੇ ਜਿਵੇਂ ਦੱਸਿਆ ਜਾ ਰਿਹਾ ਕਿ ਦਿਲਪ੍ਰੀਤ ਬਾਬੇ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ, ਕੀ ਅਜਿਹੀ ਕੋਈ ਜਾਣਕਾਰੀ ਮਿਲ ਸਕੀ ਹੈ ਜਿਸ ਦੇ ਵਿੱਚ ਪੁਲਿਸ ਦੇ ਸਾਰੇ ਕਰਮੀ ਸੁਰੱਖਿਅਤ ਨੇ ਜਾਂ ਕੋਈ ਉੱਧਰ ਵੀ ਜ਼ਖਮੀ ਹੋਇਆ ਜੀ? ਦੇਖੋ ਜਗਦੀਪ ਜੀ, ਮੈਂ ਫਿਰ ਇਹ ਗੱਲ ਦੱਸਣਾ ਚਾਹਾਂਗਾ ਕਿ ਇਹ ਜੋ ਵੇਰਵਾ ਤੇ ਪਹਿਲਾਂ ਫਾਇਰ ਕਿਹਨੇ ਕੀਤਾ ਇਹ ਅਜੇ ਕਲੀਅਰ ਨਹੀਂ ਹੋ ਪਾਇਆ, ਪਰ ਦੱਸਣ ਦੇ ਮੁਤਾਬਕ ਜਦੋਂ ਬਾਬੇ ਨੂੰ ਇਹਨਾਂ ਨੇ ਇੱਕ ਸ਼ਾਇਦ ਵਾਰਨਿੰਗ ਦਿੱਤੀ ਸੀਗੀ ਦਿਲਪ੍ਰੀਤ ਨੂੰ ਕਿ ਤੁਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ, ਜਦੋਂ ਬਾਬੇ ਨੇ ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦਿਲਪ੍ਰੀਤ ਬਾਬਾ ਜੀ ਵੱਲੋਂ ਵੀ ਕੋਈ ਫਾਇਰ ਕੱਢਿਆ ਗਿਆ ਜਿਸ ਨੂੰ ਲੈ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਆ। ਅਗਰ ਇੱਕ ਮਾਮਲਾ ਉੱਠਦਾ ਇਨਕਾਊਂਟਰ ਦਾ, ਅਗਰ ਪੁਲਿਸ ਨੇ ਇਨਕਾਊਂਟਰ ਹੀ ਕਰਨਾ ਹੁੰਦਾ ਤਾਂ ਦਿਲਪ੍ਰੀਤ ਬਾਬਾ ਦੇ ਔਨ ਦਾ ਸਪੋਟ ਹੀ ਵਿੱਕੀ ਗੋਲਡਰ ਵਾਲਾ ਹਾਲ ਹੁੰਦਾ, ਪਰ ਇੱਥੇ ਉਹ ਚੀਜ਼ ਨਹੀਂ ਦਿਖਾਈ ਦੇ ਰਹੀ ਔਰ ਇਹਨਾਂ ਨੇ ਆਪਣੇ ਜੋ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਆਪਣੀ ਜਾਨ ਜਿਹੜੀ ਆ ਉਹ ਬਚਾਉਣ ਵਾਸਤੇ ਇਹ ਕ੍ਰੋਸ ਫਾਇਰ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ PGI ਲਿਜਾਇਆ ਗਿਆ ਹੈ। ਔਰ ਹੋ ਸਕਦਾ ਉਹਨਾਂ ਦਾ ਨੇੜਲਾ ਜਿਹੜਾ ਸਾਥੀ ਜੋ ਦੱਸਿਆ ਜਾ ਰਿਹਾ ਸੀਗਾ ਉਹ ਹੋ ਸਕਦਾ 32 ਵਿੱਚ ਦਾਖਲ ਹੋਵੇ, ਅਸੀਂ ਸੈਕਟਰ 32 ਸਰਕਾਰੀ ਹਸਪਿਟਲ ਵਿੱਚ ਵੀ ਗਏ, ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ PGI ਦੇ ਵਿੱਚ ਆ। ਇਸ ਟਾਈਮ PGI ਦੇ ਵਿੱਚ ਸਾਰੇ ਮੀਡੀਆ ਕਰਮੀ ਉੱਥੇ ਮੌਜੂਦ ਹੈ ਜੀ। ਜਗਦੀਪ ਜੀ ਠੀਕ ਹੈ, ਬਹੁਤ ਸ਼ੁਕਰੀਆ ਜਾਣਕਾਰੀ ਦੇ ਲਈ ਸਭਰਵਾਲ ਸਾਹਿਬ। ਇਹ ਸੀ ਜਤਿੰਦਰ ਸਭਰਵਾਲ ਚੰਡੀਗੜ੍ਹ ਤੋਂ, ਅਤੇ ਜਿਨ੍ਹਾਂ ਦੇ ਮੁਤਾਬਿਕ ਪੁਲਿਸ ਦੇ ਵੱਲੋਂ ਅਜੇ ਕੋਈ ਵੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਲਦਬਾਜ਼ੀ ਸਮਝੀ ਜਾ ਰਹੀ ਹੈ, ਅਤੇ ਪੱਤਰਕਾਰਾਂ ਨੂੰ ਵੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਫਿਲਹਾਲ। ਪਰ ਤਸਵੀਰਾਂ ਦੇ ਵਿੱਚ ਬਿਲਕੁਲ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿੱਛੇ ਇੱਕ ਫੋਰਚੂਨਰ ਹੈ ਅਤੇ ਇੱਕ ਅੱਗੇ ਸਵਿਫਟ ਖੜੀ ਹੈ, ਜਿਹੜੀ ਸਵਿਫਟ ਡਿਜ਼ਾਇਰ HR ਨੰਬਰ ਹੈਗੀ ਹੈ ਉਹ ਦਿਲਪ੍ਰੀਤ ਬਾਬਾ ਉਸ ਦੇ ਵਿੱਚ ਸਵਾਰ ਹੋ ਕੇ ਆਉਂਦਾ ਹੈ। ਪੁਲਿਸ ਨੂੰ ਪਹਿਲਾਂ ਹੀ ਸਾਰਾ ਪਤਾ ਹੈ, ਪਤਾ ਹੁੰਦਾ ਹੈ ਕਿ ਇੱਥੋਂ ਦਿਲਪ੍ਰੀਤ ਬਾਬਾ ਨੇ ਗੁਜ਼ਰਨਾ। ਇੱਕ ਪਲੈਨਿੰਗ ਦੇ ਤਹਿਤ ਪੁਲਿਸ ਦੇ ਵੱਲੋਂ ਘੇਰਾਬੰਦੀ ਕੀਤੀ ਜਾਂਦੀ ਹੈ ਅਤੇ ਇਸ ਓਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਧਿਕਾਰੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਦੱਸੇ ਜਾਂਦੇ ਸਿੰਘਮ ਦੇ ਨਾਂ ਨਾਲ ਜਾਣੇ ਜਾਂਦੇ ਅਮਨਜੋਤ ਸਿੰਘ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਅਤੇ ਜਿਸ ਤੋਂ ਬਾਅਦ ਦਿਲਪ੍ਰੀਤ ਬਾਬਾ ਨੂੰ ਘੇਰਾਬੰਦੀ ਕਰਕੇ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਹਾਲਾਂਕਿ ਇਹ ਦੱਸਿਆ ਇਹ ਜਾ ਰਿਹਾ ਹੈ ਕਿ ਦਿਲਪ੍ਰੀਤ ਬਾਬਾ ਦੇ ਵੱਲੋਂ ਪਹਿਲਾਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਦਿਲਪ੍ਰੀਤ ਬਾਬਾ ਦੇ ਪੱਟਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਜਾਂਦੀ ਹੈ, ਅਤੇ ਉਸ ਗੋਲੀ ਦੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਦਿਲਪ੍ਰੀਤ ਬਾਬਾ ਨੂੰ ਚੁੱਕ ਕੇ PGI ਲਿਜਾਇਆ ਜਾਂਦਾ ਹੈ ਅਤੇ ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ। ਚੰਡੀਗੜ੍ਹ ਦੇ ਵਿੱਚ ਵੀ ਪੱਤਰਕਾਰਾਂ ਨੂੰ ਅਜੇ ਤੱਕ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆ ਜਿਹੜੀ ਹੈਗੀ ਆ ਵਧਾਈ ਜਾ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ। ਪਰ ਇਹ ਵੱਡੀ ਖਬਰ ਹੈ ਕਿ ਦਿਲਪ੍ਰੀਤ ਬਾਬਾ ਗੈਂਗਸਟਰ ਜਿਹੜਾ ਹੁਣ ਤੱਕ ਪਰਮੇਸ਼ ਵਰਮਾ ਨੂੰ ਜ਼ਖਮੀ ਕਰ ਚੁੱਕਿਆ ਹੈ, ਅਤੇ ਹੋਰ ਬਹੁਤ ਸਾਰੇ ਇਲਜ਼ਾਮ ਜਿਸ ਦੇ ਉੱਤੇ ਲੱਗਦੇ ਆ ਰਹੇ ਨੇ, ਅਤੇ ਹੋਰ ਬਹੁਤ ਸਾਰੇ ਕਤਲ ਦੇ ਮਾਮਲੇ ਵੀ ਜਿਸ ਦੇ ਉੱਤੇ ਦਰਜ ਨੇ, ਉਸ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਇੱਕ ਪਲੈਨਿੰਗ ਦੇ ਤਹਿਤ ਯੋਜਨਾਬੱਧੀ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਅਤੇ ਗ੍ਰਿਫਤਾਰੀ ਦੌਰਾਨ ਦਿਲਪ੍ਰੀਤ ਬਾਬਾ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ, ਅਤੇ ਹਮਲੇ ਦੇ ਵਿੱਚ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਦੋਂ ਦਿਲਪ੍ਰੀਤ ਬਾਬਾ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਦਿਲਪ੍ਰੀਤ ਬਾਬਾ ਉਸ ਦੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜਿਵੇਂ
ਸਭਰਵਾਲ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਕਿ ਵਿੱਕੀ ਗੌਂਡਰ ਵਾਲਾ ਹਾਲ ਨਹੀਂ ਕੀਤਾ ਗਿਆ, ਹਾਲਾਂਕਿ ਇਸ ਸਮੇਂ ਦਿਲਪ੍ਰੀਤ ਬਾਬਾ ਨੂੰ ਇਨਕਾਊਂਟਰ ਕੀਤਾ ਜਾ ਸਕਦਾ ਸੀਗਾ ਉਸਦਾ, ਅਤੇ ਉਸਨੂੰ ਆਪਣੀ ਜਾਨ ਵੀ ਗਵਾਉਣੀ ਪੈ ਸਕਦੀ ਸੀ, ਪਰ ਚੰਡੀਗੜ੍ਹ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਉਸਨੂੰ ਜ਼ਖਮੀ ਜ਼ਰੂਰ ਕੀਤਾ, ਪਰ ਦਿਲਪ੍ਰੀਤ ਬਾਬਾ ਦੇ ਇਨਕਾਊਂਟਰ ਤੋਂ ਗਰੇਜ਼ ਕੀਤਾ ਗਿਆ ਅਤੇ ਉਸਨੂੰ ਜੀਂਦੇ ਹੀ ਗ੍ਰਿਫਤਾਰ ਕੀਤਾ ਗਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਦਿਲਪ੍ਰੀਤ ਬਾਬਾ ਹੁਣ ਚੰਡੀਗੜ੍ਹ PGI ਰੈਫਰ ਕੀਤਾ ਗਿਆ ਅਤੇ ਜਿੱਥੇ ਉਸਦਾ ਇਲਾਜ ਚੱਲ ਰਿਹਾ, ਪਰ ਇਸ ਤੋਂ ਬਾਅਦ ਪੁਲਿਸ ਇੱਕ ਕਾਨਫਰੰਸ ਕਰੇਗੀ, ਪ੍ਰੈਸ ਦੇ ਨਾਲ ਵਾਰਤਾ ਕੀਤੀ ਜਾਂਦੀ ਹੈ, ਪਬਲਿਕਲੀ ਕੀ ਕਿਹਾ ਜਾਂਦਾ ਹੈ, ਜਨਤਾ ਦੇ ਵਿੱਚ ਕੀ ਆਉਂਦਾ ਹੈ, ਕਿਵੇਂ ਗ੍ਰਿਫਤਾਰੀ ਹੁੰਦੀ ਹੈ, ਕਿਵੇਂ ਉਹਨਾਂ ਨੂੰ ਪਤਾ ਲੱਗਦਾ ਹੈ, ਸਾਰੀ ਗੱਲਬਾਤ ਜਲਦ ਹੀ ਜਿਹੜੀ ਪੁਲਿਸ ਦੇ ਵੱਲੋਂ ਸਾਹਮਣੇ ਆ ਸਕਦੀ ਹੈ, ਅਤੇ ਇਹ ਵੇਖਣੀ ਲਾਜ਼ਮੀ ਹੋਏਗੀ ਕਿ ਦਿਲਪ੍ਰੀਤ ਬਾਬਾ ਨੂੰ ਪੁਲਿਸ ਦੇ ਵੱਲੋਂ, ਚੰਡੀਗੜ੍ਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਿਵੇਂ ਕੀਤਾ ਗਿਆ ਅਤੇ ਉਸ ਦੇ ਵੱਲੋਂ ਹਮਲਾ ਕਿਵੇਂ ਕੀਤਾ ਗਿਆ, ਕਿ ਪੁਲਿਸ ਦੇ ਕੁਝ ਅਧਿਕਾਰੀ ਜ਼ਖਮੀ ਹੋਏ ਜਾਂ ਨਹੀਂ ਹੋਏ, ਦਿਲਪ੍ਰੀਤ ਬਾਬਾ ਦੇ ਨਾਲ ਕਿੰਨੇ ਬੰਦੇ ਸੀਗੇ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਪਾਈ, ਪਰ ਜਲਦ ਹੀ ਇਸ ਦੀ ਪੁਸ਼ਟੀ ਹੋਣ ਦੇ ਜਿਹੜੇ ਪੁਸ਼ਟੀ ਦੀ ਗੱਲ ਵੀ ਕਹੀ ਜਾ ਰਹੀ ਹੈ। ਪੁਲਿਸ ਕਦੋਂ ਤੱਕ ਸਾਹਮਣੇ ਆਉਂਦੀ ਹੈ ਅਤੇ ਸਾਰੀ ਕਾਰਵਾਈ ਕਿਵੇਂ ਹੁੰਦੀ ਹੈ, ਇਹ ਕਦੋਂ ਤੱਕ ਦੱਸਦੀ ਹੈ, ਇਹ ਵੇਖਣਾ ਲਾਜ਼ਮੀ ਹੋਏਗਾ। ਕੈਮਰਾਮੈਨ ਜਸਪ੍ਰੀਤ ਦੇ ਨਾਲ ਜਗਦੀਪ ਸਿੰਘ ਥਲੀ, D5 ਚੈਨਲ ਪੰਜਾਬੀ।